ਖਬਰ ਸਟਾਰ ਆਦਾਬ ਸਤਿ ਸ਼੍ਰੀ ਅਕਾਲ ਜੀ ਕੋਲ ਫਿਰ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਪਸੰਦੀਦਾ ਸ਼ੋਅ ਜਿਸ ਦਾ ਨਾਮ ਹੈ ਜੀ ਬਾਲੀਵੁੱਡ ਮਸਾਲਾ ਤੇ ਬਾਲੀਵੁੱਡ ਮਸਾਲਾ ਵਿੱਚ ਅੱਜ ਮੈਂ ਇੱਕ ਛੋਟੀ ਜਿਹੀ ਗੁੱਡ ਨਿਊਜ਼ ਨਹੀਂ ਬਲਕਿ ਬਹੁਤ ਵੱਡੀ ਗੁੱਡ ਨਿਊਜ਼ ਲੈ ਕੇ ਆਈ ਹਾਂ ਤੇ ਬਹੁਤ ਹੀ ਵੱਡੀ ਗੁੱਡ ਨਿਊਜ਼ ਇਹ ਹੈ ਜੀ ਸਾਡੇ ਦੋ ਬਹੁਤ ਹੀ ਜ਼ਿਆਦਾ ਸੁਰੀਲੇ ਪੰਜਾਬੀ ਫਨਕਾਰ ਜਿਨ੍ਹਾਂ ਨੂੰ ਦੁਨੀਆ ਕਰਦੀ ਹੈ ਬਹੁਤ ਜ਼ਿਆਦਾ ਪਸੰਦ ਉਹ ਨਜ਼ਰ ਆਉਣਗੇ ਜੀ ਇੱਕ ਨਵੀਂ ਫਿਲਮ ਦੇ ਵਿੱਚ ਜੀ ਹਾਂ ਦਰਸ਼ਕੋ ਹੁਣ ਗੁੱਡ ਨਿਊਜ਼ ਦੇਣ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਤਰਸੇਮ ਜੱਸੜ ਜੀ ਬਾਰੇ ਤਰਸੇਮ ਜੱਸੜ ਜੀ ਹੁਣ ਤੱਕ ਕਿੰਨੀਆਂ ਹੀ ਫਿਲਮਾਂ ਲੈ ਕੇ ਆ ਚੁੱਕੇ ਨੇ ਸਾਰੀਆਂ ਫਿਲਮਾਂ ਰਹੀਆਂ ਨੇ ਉਹਨਾਂ ਦੀਆਂ ਸੁਪਰ ਡੁਪਰ ਹਿੱਟ ਅਤੇ ਉਹਨਾਂ ਦੀ ਫਿਲਮ ਰੱਬ ਦਾ ਰੇਡੀਓ ਨੂੰ ਤਾਂ ਦਰਸ਼ਕਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਅਤੇ ਇਹ ਤਾਂ ਹੋ ਗਏ ਜੀ ਸਾਡੇ ਤਰਸੇਮ ਜੱਸੜ ਜੀ ਹੁਣ ਦੂਜੇ ਪਾਸੇ ਆਪਾਂ ਗੱਲ ਕਰ ਲਈਏ ਨਿਮਰਤ ਖਹਿਰਾ ਜੀ ਦੀ ਜੀ ਹਾਂ ਦਰਸ਼ਕੋ ਹੁਣ ਤੁਹਾਨੂੰ ਦੱਸ ਦਈਏ ਜੀ ਨਿਮਰਤ ਖਹਿਰਾ ਜੀ ਵੀ ਬਹੁਤ ਹੀ ਜ਼ਿਆਦਾ ਸੁਰੀਲੇ ਫਨਕਾਰ ਨੇ ਅਤੇ ਉਹਨਾਂ ਦੇ ਸਟਾਈਲ ਨੂੰ ਕੁੜੀਆਂ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਅਤੇ ਨਿਮਰਤ ਖਹਿਰਾ ਜੀ ਅਮਰਿੰਦਰ ਗਿੱਲ ਜੀ ਦੀ ਫਿਲਮ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਪਰ ਹੁਣ ਨਿਮਰਤ ਖਹਿਰਾ ਜੀ ਨਜ਼ਰ ਆਉਣਗੇ ਜੀ ਉਹਨਾਂ ਦੀ ਨਵੀਂ ਫਿਲਮ ਅਫਸਰ ਦੇ ਵਿੱਚ ਪਰ ਮੇਨ ਲੀਡ ਦੇ ਤੌਰ 'ਤੇ ਜੀ ਹਾਂ ਦਰਸ਼ਕੋ ਨਿਮਰਤ ਖਹਿਰਾ ਜੀ ਅਤੇ ਤਰਸੇਮ ਜੱਸੜ ਜੀ ਨਜ਼ਰ ਆਉਣਗੇ ਹੁਣ ਨਵੀਂ ਫਿਲਮ ਦੇ ਵਿੱਚ ਜਿਸਦਾ ਨਾਮ ਹੈ ਜੀ ਅਫਸਰ ਅਤੇ ਫਿਲਮ ਦੇ ਕਾਫੀ ਦੇਰ ਤੋਂ ਚਰਚੇ ਚੱਲਦੇ ਸੀ ਅਤੇ ਹੁਣ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਫਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਅਤੇ ਹੁਣ ਮੈਂ ਪੋਸਟਰ ਦੇ ਨਾਲ ਜੁੜੀਆਂ ਹੀ ਆ ਡਿਟੇਲਸ ਤੁਹਾਨੂੰ ਜ਼ਰੂਰ ਦੇਵਾਂਗੀ ਫਿਲਮ ਦੇ ਡਾਇਰੈਕਟਰ ਨੇ ਜੀ ਗੁਲਸ਼ਨ ਸਿੰਘ ਜੀ ਅਤੇ ਫਿਲਮ ਦੇ ਰਾਈਟਰ ਨੇ ਜੀ ਜਸ ਗਰੇਵਾਲ ਜੀ ਅਤੇ ਫਿਲਮ ਦੇ ਪ੍ਰੋਡਿਊਸਰ ਨੇ ਜੀ ਅਮੀਕ ਵਿਰਕ ਜੀ ਅਤੇ ਮਨਪ੍ਰੀਤ ਜੌਹਲ ਜੀ ਅਤੇ ਫਿਲਮ ਦੇ ਵਿੱਚ ਤਰਸੇਮ ਜੱਸੜ ਜੀ ਅਤੇ ਨਿਮਰਤ ਖਹਿਰਾ ਜੀ ਤੋਂ ਇਲਾਵਾ ਹੋਰ ਕੌਣ ਕੌਣ ਨਜ਼ਰ ਆਏਗਾ ਇਹ ਵੀ ਤੁਹਾਨੂੰ ਦੱਸ ਦਵਾਂ ਫਿਲਮ ਵਿੱਚ ਨਜ਼ਰ ਆਉਣਗੇ ਜੀ ਸਾਡੇ ਨਿਮਰਤ ਖਹਿਰਾ ਜੀ ਤਰਸੇਮ ਜੱਸੜ ਜੀ ਗੁਰਪ੍ਰੀਤ ਘੁੱਗੀ ਜੀ ਕਰਮਜੀਤ ਅਨਮੋਲ ਜੀ ਰਾਣਾ ਜੰਗ ਬਹਾਦੁਰ ਜੀ ਪੁਖਰਾਜ ਭੱਲਾ ਜੀ ਅਤੇ ਹੋਰ ਵੀ ਕਿੰਨੇ ਹੀ ਪੰਜਾਬੀ ਐਕਟਰ ਅਤੇ ਫਿਲਮ ਪ੍ਰਜੈਂਟ ਕਰ ਰਹੇ ਨੇ ਜੀ ਸਾਡੇ ਨਾਦਰ ਫਿਲਮਸ ਅਤੇ ਵੇਲੀ ਜਨਤਾ ਫਿਲਮਸ ਅਤੇ ਹੁਣ ਦੇਖਦੇ ਹਾਂ ਜੀ ਇਹ ਫਿਲਮ ਵਿੱਚ ਤਰਸੇਮ ਜੱਸੜ ਜੀ ਅਤੇ ਨਿਮਰਤ ਖਹਿਰਾ ਜੀ ਕੀ ਨਵਾਂ ਲੈ ਕੇ ਆਉਂਦੇ ਨੇ ਅਤੇ ਤੁਹਾਨੂੰ ਇਹ ਵੀ ਦੱਸ ਦਵਾਂ ਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ 5 ਅਕਤੂਬਰ 2018 ਨੂੰ ਸੋ ਫਿਲਮ ਦਾ ਤੁਹਾਨੂੰ ਜ਼ਿਆਦਾ ਵੇਟ ਨਹੀਂ ਕਰਨਾ ਪੈਣਾ ਤੋ ਤਰਸੇਮ ਜੱਸੜ ਜੀ ਨਿਮਰਤ ਖਹਿਰਾ ਜੀ ਤੁਹਾਡੀ ਫਿਲਮ ਦੇ ਲਈ ਸਾਡੀ ਪੂਰੀ ਸ਼ਾਨ ਪੰਜਾਬੀ ਦੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਦੁਆਵਾਂ ਨੇ ਕਿ ਤੁਹਾਡੀ ਫਿਲਮਾਂ ਵਾਂਗ ਤੁਹਾਡੇ ਗੀਤਾਂ ਵਾਂਗ ਤੁਹਾਡੀ ਫਿਲਮ ਵੀ ਸੁਪਰ ਡੁਪਰ ਹਿੱਟ ਰਹੇ ਸੋ ਦਰਸ਼ਕੋ ਹੁਣ ਮੈਂ ਚੱਲਦੀ ਹਾਂ ਪਰ ਤੁਸੀਂ ਕਿਤੇ ਨਹੀਂ ਜਾਣਾ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ ਸਤਿ ਸ਼੍ਰੀ ਅਕਾਲ ਜੀ